सत श्री अकाल जी, मैं दिलमोहनजीत सिंह, आप सब का कीटो पंजाबी चैनल पर एक बार फिर तो स्वागत करता हाँ जी। सब तो पहला मेरी रिक्वेस्ट है कि तुसी मेरा वीडियो हर एक वीडियो नु शुरू तो एंड तक जरूर देखा करो, क्योंकि मैं स्पेशल टिप्स दिंदा रहना हाँ जो कि बहुत ही फायदेमंद होंगे हैं, तो विच खास गल्लां जिहड़ियां ने वो तुसी मिस ना करो। इस करके मेरी गुजारिश है कि तुसी मेरा वीडियो पूरा स्टार्ट टू एंड देखा करो, तो लाइक तो कमेंट करना भी ना भुलिया करो, ताकि मैनू भी मोटिवेशन मिलती रहे, तो मैं इसे तरह अच्छे अच्छे इनफॉर्मेटिव वीडियोज़ तुहाडे वास्ते लैके आउंदा रहा। सो जी, आपां हुण गल करदे हां अज दे इस वीडियो बारे कि यह वीडियो मैनू क्यों बनाउणा पिया। बहुत लोगों को यह डाउट हैगी है कि जिहड़े हाई फैट मील आ इहदे पिछे साइंस की आ, क्यों असी हाई फैट खा रहे हैं, कीटो डाइट दे विच की साइंस आ। जदों असी हाई फैट मील खाने हाँ, ठीक है, असी शुरू तो तुहानूं पता असी फैट तो डरदे आए, ठीक है, सानूं डराया गया, शुरू तो डराया गया। जो हम असी बचपन के सानू घ्यो मखण खाधे असी, ठीक है, पर जिवें जिवें असी वड्डे होए गए, असी सियाने लोगों च विचरते रहे, हौली 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 साडे दिमाग चो सारा कुछ वो चीज़ा भर गई कि ये जिहड़ी फैट आ ये साडी दुश्मन आ, ठीक है। पर जे असी रियली सही प्रपोर्शनस के उत्ते सही फूड्स के उत्ते आ जाइए, जिहड़े सानू रियली DNA बारे मैं तुहानूं दस ही चुका वारी वारी, इस करके कहना कि तुहानूं इन्हां चीज़ां दा रट्टा लग जाए, ता कि दोबारा तो लाइफ दे विच तुहानूं ये गल्लां भुल्लण ही ना, ते यही इनफॉर्मेशन तुसी अपने बच्चियां नूं भी दिंदे रहो। सो जिहड़ा हाई फैट मील्स हैगे आ जिहड़े, इहदे पिछे साइंस की आ, सिंपल जी साइंस आ, कोई बहुती कॉम्प्लीकेटिड साइंस नहीं गी। जदों असी आपदी बॉडी नूं हाई फैट देनी शुरू करदे आ, ठीक है, ਤਾਂ ਉਹਦੇ ਵਿੱਚ ਸਾਡੀ ਬਾਡੀ ਦੇ ਵਿੱਚ ਜਦੋਂ ਉਹ ਫੈਟ ਜਾਂਦੀ ਆ, ਉਹ ਫੈਟ ਸਾਡੀ ਬਾਡੀ ਦੇ ਵਿੱਚ ਲਿਵਰ ਹੈਗਾ, ਲਿਵਰ 'ਚ ਜਾਂਦੀ ਆ, ਠੀਕ ਹੈ, ਅਤੇ ਉਹ ਜਦੋਂ ਲਿਵਰ 'ਚ ਜਾਂਦੀ ਆ, ਉਹਨੂੰ ਜਦੋਂ ਲਿਵਰ ਹਜ਼ਮ ਕਰਨਾ ਸ਼ੁਰੂ ਕਰਦਾ, ਲਿਵਰ ਜਦੋਂ ਫੈਟ ਨੂੰ ਹਜ਼ਮ ਕਰ ਰਿਹਾ ਹੁੰਦਾ, ਉਸ ਹਜ਼ਮ ਕਰਨ ਦੇ ਉਸ ਪ੍ਰੋਸੀਜਰ ਦੇ ਵਿੱਚ ਕੀਟੋਨਸ ਪ੍ਰੋਡਿਊਸ ਹੁੰਦੀਆਂ ਹੈਗੀਆਂ, ਠੀਕ ਹੈ। ਸੋ ਜਿਹੜੀਆਂ ਉਹ ਕੀਟੋਨਸ ਪ੍ਰੋਡਿਊਸ ਹੁੰਦੀਆਂ, ਉਹ ਸਾਡਾ ਇੱਕ ਫਿਊਲ ਸੋਰਸ ਬਣਦੀਆਂ। ਉਹ ਕੀਟੋਨਸ ਹੁੰਦੀਆਂ ਉਹ ਐਂ ਦਿਖਦੀਆਂ ਨੇਗੀਆਂ, ਉਹ ਇੱਕ ਤੁਸੀਂ ਕਹਿ ਸਕਦੇ ਆ ਕਿ ਇੱਕ ਹਾਰਮੋਨ ਬੋਲ ਸਕਦੇ ਹਾਂ ਉਹਨੂੰ, ਠੀਕ ਹੈ ਨਾ, ਕਿ ਉਹ ਚੀਜ਼ ਜਦੋਂ ਪ੍ਰੋਡਿਊਸ ਹੁੰਦੀ ਹੈ, ਉਹ ਸਾਡੇ ਮਾਈਂਡ ਨੂੰ, ਸਾਡੇ ਦਿਮਾਗ ਨੂੰ ਐਨਰਜੀ ਦੇਣੀ ਸ਼ੁਰੂ ਕਰਦੀ ਹੈ, ਜੋ ਕਿ ਸਾਨੂੰ ਵੀਕਨੈਸ ਨਹੀਂ ਹੋਣ ਦਿੰਦੀ, ਜੋ ਕਿ ਸਾਨੂੰ ਭੁੱਖ ਦਾ ਅਹਿਸਾਸ ਨਹੀਂ ਹੋਣ ਦਿੰਦੀ, ਠੀਕ ਹੈ। ਉਹ ਜਿਹੜੀਆਂ ਕੀਟੋਨਸ ਹੁੰਦੀਆਂ ਉਹਨਾਂ ਨੂੰ ਬਣਨ ਵਾਸਤੇ 72 ਘੰਟਿਆਂ ਦਾ ਸਮਾਂ ਘੱਟੋ ਘੱਟ ਲੱਗਦਾ ਹੁੰਦਾ, ਕੁਛ ਨੂੰ ਹਫ਼ਤਾ ਵੀ ਕਦੇ ਕਦੇ ਲੱਗ ਜਾਂਦਾ, ਡਿਪੈਂਡ ਹੁੰਦਾ ਪਹਿਲਾਂ ਤੁਸੀਂ ਕੀ ਖਾਂਦੇ ਰਹੇ ਹੋ। ਜੇ ਤੁਸੀਂ ਬਹੁਤ ਜ਼ਿਆਦਾ ਹਾਈ ਸ਼ੂਗਰ ਮੀਲ ਖਾਂਦੇ ਰਹੇ ਹੋ ਜਾਂ ਬਹੁਤ ਜ਼ਿਆਦਾ ਡਰਿੰਕ ਕਰਦੇ ਰਹੇ ਹਾਂ, ਠੀਕ ਹੈ, ਹੋ ਸਕਦਾ ਤੁਹਾਨੂੰ ਥੋੜ੍ਹਾ ਜਿਹਾ ਇੱਕ ਅੱਧਾ 2 ਦਿਨ ਵੱਧ ਲੱਗ ਜਾਣ, ਪਰ ਉਹ ਬਣਦੀਆਂ ਹੀ ਬਣਦੀਆਂ ਨੇ। ਜਦੋਂ ਕਈਆਂ ਦੀਆਂ 12 ਘੰਟੇ 'ਚ ਹੀ ਬਣ ਜਾਂਦੀਆਂ, ਇਹ ਵੀ ਆ, ਕਈਆਂ ਦੀਆਂ 24 ਘੰਟੇ 'ਚ ਵੀ ਬਣ ਜਾਂਦੀਆਂ ਕੀਟੋਨਸ, ਠੀਕ ਹੈ ਨਾ, ਕਿ 12 ਘੰਟੇ 'ਚ ਤੁਹਾਨੂੰ ਕੀਟੋਨਸ ਦੱਸ ਦਿੰਦੀਆਂ ਬਈ ਤੈਨੂੰ ਭੁੱਖ ਨਹੀਂ ਲੱਗੀ, ਠੀਕ ਹੈ ਨਾ। ਸੋ ਉਹ ਜਿਹੜੀਆਂ ਕੀਟੋਨਸ ਨੇ, ਇਹ ਜਿਹੜੀ ਸਾਇੰਸ ਆ, ਠੀਕ ਹੈ, ਅਤੇ ਜਿਹੜਾ ਜਿੰਨਾ ਅਸੀਂ ਬੈਸਟ ਆਇਲ, ਜਿਵੇਂ ਕੋਕੋਨਟ ਆਇਲ ਆ, ਮੀਡੀਅਮ ਚੇਨ ਟ੍ਰਾਈਗਲਿਸਰਾਈਡ, MCT ਆਇਲ ਆ, ਕੋਕੋਨਟ ਆਇਲ ਸਭ ਤੋਂ ਬੈਸਟ ਦੁਨੀਆ ਦਾ, ਜਿਹਨੂੰ ਕਹਿੰਦੇ ਆ ਇੱਕ ਤਰੀਕੇ ਨਾਲ ਹਰਬਲ ਜਿਹਨੂੰ ਕਹਿ ਦਿੰਦੇ ਆ ਆਪਾਂ, ਠੀਕ ਹੈ, ਉਹ ਆਇਲ ਆ, ਉਹ ਲਿਵਰ ਸਭ ਤੋਂ ਜਲਦੀ, ਜੇ ਤੁਸੀਂ ਘਿਓ ਵੀ ਖਾ ਰਹੇ ਹੋ ਅਤੇ ਕੋਕੋਨਟ ਆਇਲ ਲੈ ਰਹੇ ਹੋ, ਤਾਂ ਲਿਵਰ ਸਭ ਤੋਂ ਪਹਿਲਾਂ ਉਹਦੇ 'ਚੋਂ ਕੋਕੋਨਟ ਆਇਲ ਨੂੰ ਚੂਜ਼ ਕਰੂਗਾ, ਕਿਉਂਕਿ ਉਹਨੂੰ ਪਹੁੰਚਾਉਣਾ ਸੌਖਾ ਹੋਊਗਾ, ਕਿਉਂਕਿ ਉਹ ਮੀਡੀਅਮ ਚੇਨਸ ਨੇ, ਛੋਟੀਆਂ ਚੇਨਸ ਨੇ, ਉਹਦੇ ਵਿੱਚ ਉਹਨੂੰ ਬ੍ਰੇਕ ਡਾਊਨ ਕਰਨ ਦੇ ਵਿੱਚ ਈਜ਼ੀ ਹੋਊਗਾ, ਲਿਵਰ ਦਾ ਜ਼ੋਰ ਨਹੀਂ ਲੱਗੂਗਾ। ਨੋ ਡਾਊਟ ਘਿਓ ਅਤੇ ਮੱਖਣ ਵੀ ਕੀਟੋਨਸ ਬਣਾਉਂਦਾ ਹੈਗਾ, ਪਰ ਜਿਹੜਾ ਕੋਕੋਨਟ ਆਇਲ ਆ ਉਹ ਉਦੋਂ ਜਲਦੀ ਬਣਾਉਂਦਾ ਹੈਗਾ, ਠੀਕ ਆ। ਸੋ ਉਹ ਜਿਹੜੀਆਂ ਕੀਟੋਨਸ ਨੇ, ਉਹ ਕੀਟੋਨਸ ਜਦੋਂ ਸਾਡਾ ਫਿਊਲ ਸੋਰਸ ਬਣ ਜਾਂਦੀਆਂ, ਸਾਡੇ ਦਿਮਾਗ ਨੂੰ, ਸਾਡੇ ਸਰੀਰ ਨੂੰ ਐਨਰਜੀ ਦੇਣਾ ਸ਼ੁਰੂ ਕਰ ਦਿੰਦੀਆਂ, ਤੁਹਾਡਾ ਭੁੱਖ ਦਾ ਅਹਿਸਾਸ ਖਤਮ ਹੋ ਜਾਂਦਾ। ਜਦੋਂ ਭੁੱਖ ਦਾ ਅਹਿਸਾਸ ਖਤਮ ਹੋ ਗਿਆ, ਉਦੋਂ ਤੁਹਾਡੀ ਬਾਡੀ ਸਵਿੱਚ ਹੋ ਜਾਂਦੀ ਹੈ, ਜਿਹੜੀ ਤੁਹਾਡੀ ਸਟੋਰਡ ਫੈਟ ਆ, ਸਟੋਰਡ ਫੈਟ ਨੂੰ ਖਾਣ 'ਤੇ ਸਵਿੱਚ ਹੋ ਜਾਂਦੀ, ਠੀਕ ਆ। ਸੋ ਉਹ ਜਿਹੜੀ ਜਦੋਂ ਉਹ ਚੀਜ਼ ਸਵਿੱਚ ਹੋ ਗਈ, ਇਹਦਾ ਮਤਲਬ ਤੁਹਾਨੂੰ ਭੁੱਖ ਲੱਗਣੀ ਬੰਦ ਹੋ ਗਈ, ਠੀਕ ਆ। ਅਗਲੇ ਦਿਨ ਸਾਨੂੰ ਜਦੋਂ ਭੁੱਖ ਲੱਗਦੀ ਆ, ਉਹ ਫਿਰ ਸਾਡੇ ਮੂੰਹ ਦਾ ਜਿਹੜਾ ਟੇਸਟ ਹੁੰਦਾ, ਉਸ ਕਰਕੇ ਫਿਰ ਅਸੀਂ ਖਾਂਦੇ ਹਾਂ। ਜਿਵੇਂ ਹੁਣ ਮੈਂ ਖਾਂਦਾ, ਮੇਰੇ ਮੂੰਹ ਦਾ ਟੇਸਟ ਮਤਲਬ ਉਹ ਮੰਗਣ ਲੱਗ ਜਾਂਦਾ ਕੁਛ ਨਾ ਕੁਛ, ਠੀਕ ਹੈ ਨਾ। ਸੋ ਫਿਰ ਆਪਾਂ ਐਂ ਖਾਂਦੇ ਹਾਂ, ਮਤਲਬ ਐਂ ਭੁੱਖ ਨਹੀਂ ਲੱਗੂਗੀ ਵੀ ਹਾਏ ਮੇਰੇ ਢਿੱਡ ਦੇ ਵਿੱਚ ਜਿਵੇਂ ਆਪਣੇ ਖੋਹ ਪੈਣ ਲੱਗ ਜਾਂਦੀ ਹੈ ਵੀ ਮੈਨੂੰ ਛੇਤੀ ਦੇ ਦੇ ਛੇਤੀ ਦੇ ਦੇ, ਇੱਦਾਂ ਨਹੀਂ ਹੋਊਗਾ।
ਈਵਨ ਨੈਕਸਟ ਡੇ ਵੀ ਤੁਸੀਂ ਜੇ ਉਹ ਚੀਜ਼ ਨੂੰ ਥੋੜ੍ਹੀ ਦੇਰ ਬਰਦਾਸ਼ਤ ਕਰ ਲਓਗੇ, ਮੰਨ ਲਓ ਨਮਕ ਵਾਲਾ ਤੁਸੀਂ ਪਾਣੀ ਪੀ ਲਿਆ, ਠੀਕ ਹੈ ਨਾ, ਤਾਂ ਉਹ ਜਦੋਂ ਪੀ ਲਓਗੇ ਇੱਕ ਟੇਸਟ ਤੁਹਾਡੇ ਮੂੰਹ ਦੇ ਵਿੱਚ ਆ ਜਾਊਗਾ, ਤੇ ਤੁਹਾਡਾ ਉਧਰੋਂ ਮਾਈਂਡ ਦੇ ਜਿਹੜਾ ਤੁਹਾਡਾ ਹੈਗਾ ਉਹ ਉਧਰੋਂ ਉਹ ਵਿੰਡੋ ਫੇਰ ਬੰਦ ਹੋ ਜਾਊਗੀ, ਫਿਰ ਕੁਝ ਘੰਟੇ ਵਾਸਤੇ ਬੰਦ ਹੋ ਜਾਊ, ਠੀਕ ਹੈ ਨਾ। ਸੋ ਮਤਲਬ ਉਹ ਤੁਹਾਡੀ ਆਪਦੀ ਪ੍ਰੈਕਟਿਸ ਹੈ ਜੇ ਤੁਸੀਂ ਉਹ ਕਰਨਾ ਜਾਂ ਨਹੀਂ ਕਰਨਾ, ਮਤਲਬ ਤੁਸੀਂ 3 ਟਾਈਮ ਖਾਣਾ ਜਾਂ 2 ਟਾਈਮ ਖਾਣਾ ਜਾਂ 1 ਟਾਈਮ, ਹੌਲੀ ਹੌਲੀ ਹੋਊਗਾ ਉਹ, ਜਿਹਨੂੰ ਕਹਿੰਦੇ ਆ, ਕੱਲ੍ਹ ਵੀ ਮੈਂ ਇੱਕ ਵੀਡੀਓ ਪਾਇਆ ਸੀਗਾ, ਸਹਿਜ ਪੱਕੇ ਸੋ ਮਿੱਠਾ ਹੋਵੇ, ਕੀਟੋ ਨੇ ਆਪੇ ਹੀ ਤੁਹਾਨੂੰ ਉਹ ਚੀਜ਼ ਕਰਾਈ ਜਾਣੀ ਹੈ, ਤੁਹਾਨੂੰ ਆਪੇ ਹੀ ਇਹਨੇ ਟ੍ਰੇਨ ਕਰ ਦੇਣਾ, ਠੀਕ ਹੈ। ਤਾਂ ਤੁਸੀਂ ਇਹ ਨਹੀਂ ਸੋਚਣਾ ਕਿ ਮੇਰਾ ਯਾਰ ਮੇਰੇ ਕੋਲ ਤਾਂ ਡਾਇਟ ਚਾਰਟ ਨਹੀਂ ਗਾ, ਤੁਸੀਂ ਫਿਰ ਡਾਇਟ ਚਾਰਟ ਦੇ ਹੀ ਹੋ ਕੇ ਰਹਿ ਜਾਓਗੇ, ਤੁਸੀਂ ਇਹ ਚੀਜ਼ਾਂ ਨੂੰ ਫਿਰ ਲਿਸਨ ਨਹੀਂ ਕਰੋਗੇ, ਤੁਸੀਂ ਉਹਨੂੰ ਹੀ ਪੜ੍ਹਦੇ ਰਹਿ ਜਾਓਗੇ, ਤੁਸੀਂ ਉਹੀ ਰੱਟਾ ਕਹੋਗੇ ਵੀ ਹਾਂ ਵੀ ਮੇਰੇ 2 ਵੱਜ ਗਏ ਅਤੇ ਮੇਰੇ ਜੀ 6 ਵੱਜ ਗਏ ਅਤੇ ਮੈਂ ਖਾ ਲਵਾਂ, ਐਂ ਨਹੀਂ, ਠੀਕ ਹੈ ਨਾ। ਸੋ ਹਾਈ ਫੈਟ ਮੀਲ ਜਿਹੜਾ ਗਾ, ਠੀਕ ਹੈ, ਜਿਹੜਾ ਕੀਟੋ ਡਾਇਟ ਹੈ, ਇਹ ਤੁਹਾਨੂੰ ਆਪੇ ਹੀ ਉਹ ਚੀਜ਼ ਕਰਾਉਂਦੀ ਹੈ। ਸੋ ਜਦੋਂ ਉਹ ਕੀਟੋਨਸ ਪ੍ਰੋਡਿਊਸ ਹੋ ਜਾਂਦੀਆਂ, ਜਿਹੜਾ ਸਾਡਾ ਬਾਏ ਪ੍ਰੋਡਕਟ ਆ ਲਿਵਰ ਜਦੋਂ ਫੈਟ ਨੂੰ ਹਜ਼ਮ ਕਰਦਾ, ਜਦੋਂ ਕੀਟੋਨਸ ਪ੍ਰੋਡਿਊਸ ਹੁੰਦੀਆਂ, ਸਾਨੂੰ ਭੁੱਖ ਲੱਗਣੀ ਬੰਦ ਹੁੰਦੀ ਆ ਅਤੇ ਸਾਡੀ ਫੈਟ ਲੋਸ ਹੋਣੀ ਸ਼ੁਰੂ ਹੁੰਦੀ ਆ, ਠੀਕ ਹੈ, ਸਾਡੀ ਬਾਡੀ ਸਵਿਚ ਹੋ ਜਾਂਦੀ ਹੈ, ਸਾਡੀ ਜਿਹੜੀ ਬਾਡੀ ਦੀ ਜਿਹੜੀ ਸਟੋਰਡ ਫੈਟ ਆ ਉਹਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਸੋ ਇਹੀ ਹਲਕੀ ਫੁਲਕੀ ਜੀ ਸਾਇੰਸ ਹੈ ਜੀ ਇਸ ਪਿੱਛੇ, ਜਿਹੜਾ ਅਸੀਂ ਹਾਈ ਫੈਟ ਮੀਲਸ ਲੈਣੇ ਹੈਗੇ ਆ। ਇਸੇ ਕਰਕੇ ਕੀਟੋ ਡਾਇਟ ਨੂੰ ਕਰਨਾ ਬਹੁਤ ਹੀ ਆਸਾਨ ਹੈ, ਬਿਲਕੁਲ ਈਜ਼ੀ ਹੈਗਾ, ਟੇਸਟੀ ਫੂਡਸ ਖਾਣੇ ਹੈਗੇ ਆ, ਠੀਕ ਹੈ, ਮਨਪਸੰਦ ਦਾ ਜਿੰਨਾ ਘਿਓ ਮੈਕਸੀਮਮ ਤੁਸੀਂ ਚਮਚੇ ਨਹੀਂ ਗਿਣਨੇਗੇ, ਤੁਸੀਂ ਉਹਨੂੰ ਡੋਲ ਡੋਲ ਲੈਣਾ ਘਿਓ ਨੂੰ, ਠੀਕ ਹੈ ਨਾ, ਜਿੰਨਾ ਮੈਕਸੀਮਮ ਤੁਹਾਡੇ ਤੋਂ ਖਾਧਾ ਜਾਊਗਾ ਉਹ ਆਪੇ ਹੀ ਤੁਹਾਨੂੰ ਬਾਡੀ ਤੁਹਾਡਾ ਦਿਮਾਗ ਦੱਸ ਦੇਵੇਗਾ ਵੀ ਵਾਪਸ ਕਰ, ਠੀਕ ਹੈ। ਜਿਹੜਾ ਬਾਕੀ ਦਾ ਘਿਓ ਬਚੂਗਾ, ਤੁਸੀਂ ਉਹ ਘਿਓ ਵੇਸਟ ਨਹੀਂ ਜਾਂਦਾ ਹੁੰਦਾ, ਉਸੇ ਘਿਓ ਨੂੰ ਜਿਹੜਾ ਬਚ ਗਿਆ ਉਹਨੂੰ ਤੁਸੀਂ ਅਗਲੇ ਮੀਲ ਦੇ ਵਿੱਚ ਯੂਜ਼ ਕਰ ਸਕਦੇ ਹੁੰਦੇ, ਤਾਂ ਕਰਕੇ ਤੁਸੀਂ ਡੋਲ ਡੋਲ ਕੇ ਘਿਓ ਨੂੰ ਪਾਓ, ਠੀਕ ਹੈ, ਹੌਲੀ 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 ਘਿਓ ਦੀ ਤੁਹਾਡੀ ਕੁਆਂਟਿਟੀ ਆਪੇ ਹੀ ਬਾਅਦ ਦੇ ਵਿੱਚ ਘੱਟਦੀ ਜਾਊਗੀ, ਜਦੋਂ ਤੁਹਾਨੂੰ ਪਤਾ ਵੀ ਹੁਣ ਮੇਰਾ ਵੇਟ ਲੂਜ਼ ਚੱਲ ਪਿਆ, ਹੁਣ ਕੰਮ ਚੱਲ ਪਿਆ, ਠੀਕ ਹੈ ਨਾ, ਫਿਰ ਤੁਸੀਂ ਮਾੜਾ ਮੋਟਾ ਥੋੜ੍ਹਾ ਵੀ ਪਾ ਸਕਦੇ ਹੋ, ਕਿਉਂਕਿ ਫਿਰ ਕੀ ਹੋਊਗਾ, ਤੁਹਾਡੇ ਮੀਲਸ ਦਾ ਪੋਰਸ਼ਨ ਛੋਟਾ ਹੋਣਾ ਸ਼ੁਰੂ ਹੋ ਜਾਊਗਾ ਆਟੋਮੈਟਿਕਲੀ, ਛੋਟਾ ਛੋਟਾ ਛੋਟਾ, ਫਿਰ ਆਪੇ ਹੀ ਤੁਹਾਡੇ ਤੋਂ ਘੱਟ ਕੇ ਉਹ ਖਾਧਾ ਜਾਊਗਾ। ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਘਿਓ ਓਨਾ ਹੀ ਪਾਉਣਾ ਹੈਗਾ ਜਿੰਨਾ ਹੁਣ ਪਾਉਂਦੇ ਹੋ, ਪਰ ਜਦੋਂ ਤੁਹਾਡਾ ਪੋਰਸ਼ਨ ਦਾ ਸਾਈਜ਼ ਛੋਟਾ ਹੋਣ ਲੱਗ ਗਿਆ, ਮੰਨ ਲਓ ਜਿਹੜਾ ਪਹਿਲਾਂ ਤੁਸੀਂ 10 ਚਮਚਿਆਂ ਖਾਂਦੇ ਸੀਗੇ, ਉਹ ਪੋਰਸ਼ਨ ਛੋਟਾ ਜਦੋਂ ਹੋ ਗਿਆ, ਤੁਹਾਨੂੰ 4-5 ਚਮਚਿਆਂ ਦੀ, 3 ਦੀ ਵੀ ਲੋੜ ਪਊਗੀ, ਠੀਕ ਹੈ। ਤਾਂ ਕਰਕੇ ਸ਼ੁਰੂ ਦੇ ਵਿੱਚ ਤੁਸੀਂ ਹਾਈ ਫੈਟ ਲੈਣੀ ਹੀ ਲੈਣੀ ਆ, ਤਾਂ ਕਿ ਤੁਹਾਡੇ ਸਰੀਰ ਨੂੰ, ਤੁਹਾਡੇ ਦਿਮਾਗ ਨੂੰ ਪਤਾ ਲੱਗੇ ਕਿ ਇਹ ਬਾਈ ਤਾਂ ਦੂਜੇ ਪਾਸੇ ਨੂੰ ਹੁਣ ਮੈਨੂੰ ਲੈ ਚੱਲਾ, ਮਤਲਬ ਸਹੀ ਵਾਲੇ ਪਾਸੇ ਨੂੰ ਮੈਨੂੰ ਲੈ ਚੱਲਾ, ਇਹ ਜਿਹੜੀ ਚੀਜ਼ ਮੈਂ ਇੱਥੇ ਇਕੱਠੀ ਕਰੀ ਜਾਂਦਾ ਇੰਨੇ ਸਾਲਾਂ ਦੀ, ਇਹ ਮੈਨੂੰ ਉਹੀ ਚੀਜ਼ ਦੇਣ ਲੱਗ ਗਿਆ, ਫਿਰ ਉਹ ਕਹੂਗਾ ਹਾਂ ਬਿਲਕੁਲ ਸਹੀ ਆ, ਵੀ ਇਹਦਾ ਤਾਂ ਮੇਰੇ ਕੋਲ ਪਹਿਲਾਂ ਹੀ ਖਜ਼ਾਨਾ ਪਿਆ, ਅਤੇ ਪਿਓਰ ਦਾ ਖਜ਼ਾਨਾ ਪਿਆ, ਪਿਓਰ ਫੈਟ ਉਹਦੇ ਕੋਲ ਪਈ ਆ, 100% ਔਰਗੈਨਿਕ ਫੈਟ ਆਪਣੇ ਜਿਹੜੇ ਸਰੀਰ 'ਚ ਜਮ੍ਹਾਂ ਚਰਬੀ ਹੁੰਦੀ, ਔਰਗੈਨਿਕ ਹੁੰਦੀ, ਠੀਕ ਹੈ ਨਾ। ਸੋ ਉਹ ਔਰਗੈਨਿਕ ਚਰਬੀ ਨੂੰ ਖਾਣਾ ਸ਼ੁਰੂ ਕਰੂਗਾ, ਉਦੋਂ ਵੀ ਸਵਾਦ ਹੈ ਜਿਹੜੀ ਅਸੀਂ ਬਾਹਰੋਂ ਦੇ ਰਹੇ ਹਾਂ, ਉਦੋਂ ਵੀ ਸਵਾਦ ਚਰਬੀ ਆਪੇ ਹੀ ਉਹਨੇ ਖਾਣੀ ਸ਼ੁਰੂ ਕਰ ਦੇਣੀ, ਠੀਕ ਹੈ। ਸੋ ਹੋ ਸਕਦਾ ਤੁਸੀਂ ਮੇਰਾ ਇਹ ਪੁਆਇੰਟ ਸਮਝ ਗਏ ਹੋਵੋਗੇ ਕਿ ਹਾਈ ਫੈਟ ਮੀਲ ਦੇ ਪਿੱਛੇ ਸਾਇੰਸ ਕੀ ਹੈ, ਸਿੰਪਲ ਜੀ ਇਹੀ ਸਾਇੰਸ ਆ। ਸੋ ਤੁਸੀਂ ਇੱਦਾਂ ਹੀ ਮੇਰੇ ਵੀਡੀਓਜ਼ ਨੂੰ ਲਾਈਕ ਕਰਦੇ ਰਹੋ, ਕਮੈਂਟ ਕਰਦੇ ਰਹੋ, ਅਤੇ ਮੈਨੂੰ ਹੱਲਾ ਸ਼ੇਰੀ ਦਿੰਦੇ ਰਹੋ, ਤਾਂ ਕਿ ਮੈਂ ਹੋਰ ਨਵੇਂ ਨਵੇਂ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਵਾਸਤੇ ਰੋਜ਼ ਰੋਜ਼ ਲੈ ਕੇ ਆਉਂਦਾ ਰਹਾਂ, ਅਤੇ ਤੁਸੀਂ ਇਸੇ ਤਰ੍ਹਾਂ ਕੀਟੋ ਡਾਇਟ ਦਾ ਪੂਰਾ ਪੂਰਾ ਫਾਇਦਾ ਲੈਂਦੇ ਰਹੋ। ਮੈਂ ਦਿਲਮੋਹਨਜੀਤ ਸਿੰਘ, ਕੀਟੋ ਪੰਜਾਬੀ, ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ, ਸਤਿ ਸ਼੍ਰੀ ਅਕਾਲ।